ਦੂਸਰਾ ਕੁਐਸਚਨ ਸਾਡੇ ਕੋਲ ਲੋਕ ਅਕਸਰ ਪੁੱਛਦੇ ਹਨ ਕਿ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਕਰੋਨਾ ਬਿਮਾਰੀ ਜਿਹੜੀ ਹੈ ਉਹ ਏਅਰਬੋਰਨ ਹੈ। ਜਿਹੜੀ ਨਵੀਂ CDC ਦੀ ਗਾਈਡਲਾਈਨਸ ਆਈਆਂ ਹਨ ਉਹਦੇ ਮੁਤਾਬਿਕ ਕਰੋਨਾ ਵਾਇਰਸ ਜਿਹੜਾ ਹੈ ਉਹ ਏਅਰ ਦੇ ਥਰੂ ਵੀ ਫੈਲਦਾ ਹੈ। ਜਿਹੜੇ ਕਰੋਨਾ ਦੇ ਪੇਸ਼ੈਂਟ ਜਦੋਂ ਖਾਂਸੀ ਕਰਦੇ ਸਨ, ਛਿੱਕ ਮਾਰਦੇ ਹਨ, ਜਿਹੜੇ ਕੰਨ ਹਵਾ 'ਚ ਫੈਲ ਜਾਂਦੇ ਸਨ, ਉਹਦੇ ਥਰੂ ਵੀ ਇਹ ਬਿਮਾਰੀ ਇੱਕ ਦੂਸਰੇ ਤੋਂ ਹੋਣ ਦਾ ਰਿਸਕ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਮਾਸਕ ਦੀ ਵਰਤੋਂ ਕਰੀਏ, ਕੋਸ਼ਿਸ਼ ਕਰੀਏ, ਡਬਲ ਮਾਸਕ ਪਾਉਣ ਦੀ ਕੋਸ਼ਿਸ਼ ਕਰੀਏ।